ਪੰਜਾਬ ਸਰਕਾਰ ਵੱਲੋਂ ਪਬਲਿਕ ਸਰਵਿਸ ਕਮਿਸ਼ਨ ਦੇ ਜ਼ਰੀਏ 78 ਨਾਇਬ ਤਹਿਸੀਲਦਾਰ ਭਰਤੀ ਕੀਤੇ ਜਾਂਦੇ ਨੇ। ਹਾਲਾਂਕਿ ਮਸਲਾ ਹਾਈਕੋਰਟ ਦੇ ਵਿੱਚ ਪਹੁੰਚਦਾ, ਲੇਕਿਨ ਹਾਈਕੋਰਟ 'ਚ ਚੱਲ ਰਹੀ ਪ੍ਰੋਸੀਡਿੰਗ ਦੇ ਦੌਰਾਨ ਹੀ ਸਰਕਾਰ ਨਿਯੁਕਤੀ ਪੱਤਰ ਵੰਡ ਦਿੰਦੀ ਆ। ਨਿਯੁਕਤੀ ਪੱਤਰ ਵੰਡਣ ਵੇਲੇ ਸਰਕਾਰ ਇਹ ਵੀ ਦੇਣ ਲਈ ਤੈਅ ਕਰ ਦਿੰਦੀ ਹੈ ਕਿ ਇਹ ਮੈਟਰ ਹਾਈਕੋਰਟ ਦੇ ਆਉਣ ਵਾਲੇ ਹੁਕਮਾਂ 'ਤੇ ਨਿਰਭਰ ਕਰੇਗਾ ਕਿ ਜੇ ਹਾਈਕੋਰਟ ਭਰਤੀ ਕਵੈਸ਼ ਕਰ ਦਿੰਦੀ ਆ ਤਾਂ ਮਤਲਬ ਤੁਹਾਡੀ ਨੌਕਰੀ ਸਮਾਪਤ। ਹੁਣ ਜਿਨ੍ਹਾਂ ਨੇ ਪਟੀਸ਼ਨ ਪਾਈ ਆ ਉਹ ਪਰੇਸ਼ਾਨ ਨੇ ਕਿ ਸੁਣਵਾਈ ਕਿਉਂ ਨਹੀਂ ਹੋ ਰਹੀ, ਕਿਉਂਕਿ ਪਬਲਿਕ ਸਰਵਿਸ ਕਮਿਸ਼ਨ ਜਵਾਬ ਹੀ ਨਹੀਂ ਦੇ ਰਿਹਾ, ਟਾਈਮ 'ਤੇ ਟਾਈਮ, ਤਰੀਕ 'ਤੇ ਤਰੀਕ ਲੈ ਰਿਹਾ। ਹਾਲਾਂਕਿ ਜਿਹੜੇ ਹਾਈਕੋਰਟ ਜਿਨ੍ਹਾਂ ਉਮੀਦਵਾਰਾਂ ਨੇ ਦਰਵਾਜ਼ਾ ਖੜਕਾਇਆ ਉਹਨਾਂ ਦਾ ਦੋਸ਼ ਹੈ ਕਿ ਜਦੋਂ ਇਹ ਭਰਤੀ ਕੀਤੀ ਜਾ ਰਹੀ ਸੀ ਤਾਂ ਸਵਾਲ ਜਿਹੜੇ ਆਉਂਦੇ ਨੇ ਕੁਸ਼ਚਨ ਪੇਪਰ ਦੇ ਵਿੱਚ ਉਹ ਸਵਾਲ ਹੀ ਗਲਤ ਸੀ। ਹਾਲਾਂਕਿ ਉਹਨਾਂ ਨੂੰ ਕਮੇਟੀ ਬਣਾਉਣੀ ਚਾਹੀਦੀ ਸੀ, ਲੇਕਿਨ ਕਮੇਟੀ ਨਹੀਂ ਬਣਾਈ ਤਾਂ ਫਿਰ ਮਸਲਾ ਹਾਈਕੋਰਟ ਦੇ ਵਿੱਚ ਪਹੁੰਚ ਜਾਂਦਾ। ਪੰਜਾਬ ਸਰਕਾਰ ਦੇ ਰੈਵੀਨਿਊ ਡਿਪਾਰਟਮੈਂਟ ਵੱਲੋਂ ਪਬਲਿਕ ਸਰਵਿਸ ਕਮਿਸ਼ਨ ਦੇ ਜ਼ਰੀਏ 78 ਨਾਇਬ ਤਹਿਸੀਲਦਾਰ ਭਰਤੀ ਕੀਤੇ ਗਏ ਨੇ। ਮਾਮਲਾ ਹਾਈਕੋਰਟ ਪਹੁੰਚ ਜਾਂਦਾ, ਹਾਈਕੋਰਟ ਨੇ ਇਸ ਮਸਲੇ ਦੇ ਵਿੱਚ ਹੁਣ ਐਕਸਪਰਟ ਕਮੇਟੀ ਜਿਹੜੀ ਬਣਾਉਣੀ ਸੀ ਪਬਲਿਕ ਸਰਵਿਸ ਕਮਿਸ਼ਨ ਨੇ, ਉਹਦੀ ਰਿਪੋਰਟ ਦੇ ਨਾਲ ਜਵਾਬ ਦਾਖਲ ਕਰਨ ਵਾਸਤੇ ਪੰਜਾਬ ਸਰਕਾਰ ਨੂੰ ਆਦੇਸ਼ ਜਾਰੀ ਕਰ ਦਿੱਤੇ ਨੇ। ਪਟੀਸ਼ਨ ਦੋ ਉਮੀਦਵਾਰਾਂ ਵੱਲੋਂ ਪਾਈ ਗਈ ਆ। ਪਟੀਸ਼ਨ ਦਾਖਲ ਕਰਦੇ ਹੋਏ ਸੰਗਰੂਰ ਦੇ ਵਾਸੀ ਨਿਤਿਨ ਗਰਗ ਨੇ ਹਾਈਕੋਰਟ 'ਚ ਦੱਸਿਆ ਕਿ ਪੰਜਾਬ ਦੇ ਰੈਵੀਨਿਊ ਡਿਪਾਰਟਮੈਂਟ ਵੱਲੋਂ ਨਾਇਬ ਤਹਿਸੀਲਦਾਰ ਦੇ 78 ਅਹੁਦਿਆਂ ਲਈ ਭਰਤੀ ਕੱਢੀ ਗਈ ਸੀ। ਇਸ ਵਿੱਚ ਪਟੀਸ਼ਨ ਕਰਤਾ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਅਪਲਾਈ ਵੀ ਕੀਤਾ ਸੀ ਔਰ ਰਿਟਨ ਟੈਸਟ ਦੇ ਵਿੱਚ ਵੀ ਹਿੱਸਾ ਲਿਆ ਸੀ। ਇਸ ਦੇ ਬਾਵਜੂਦ ਉਹਨਾਂ ਦੱਸਿਆ ਕਿ ਜਿਹੜੇ ਆਨਸਰ ਆਏ ਸੀ ਔਰ ਜਿਹੜੇ ਕੁਸ਼ਚਨ ਸੀ ਸਵਾਲ ਜਵਾਬ ਉਹ ਗਲਤ ਨੇ, ਇਸ ਕਰਕੇ ਉਹਨਾਂ ਨੇ ਇਤਰਾਜ਼ ਮੰਗਿਆ ਸੀ। ਪਟੀਸ਼ਨ ਇਹ ਵੀ ਕਿਹਾ ਕਿ ਕੁਝ ਸਵਾਲਾਂ 'ਤੇ ਉਹਨਾਂ ਵੱਲੋਂ ਇਤਰਾਜ਼ ਪ੍ਰਗਟ ਕੀਤੇ ਗਏ ਸੀ, ਲੇਕਿਨ ਇਸ ਦਾ ਸਹੀ ਜਵਾਬ ਨਹੀਂ ਮਿਲਿਆ ਅਤੇ ਨਾ ਹੀ ਸਹੀ ਸਵਾਲ ਜਵਾਬ ਸੀ। ਉਹਨਾਂ ਇਹ ਵੀ ਕਿਹਾ ਕਿ ਜਿਹੜੇ ਪ੍ਰਸ਼ਨ ਨੂੰ ਲੈ ਕੇ ਉਹਨਾਂ ਨੇ ਇਤਰਾਜ਼ ਉਠਾਏ ਸੀ, ਅਗਰ ਉਹ ਠੀਕ ਕੀਤੇ ਜਾਂਦੇ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਤਾਂ ਲਾਜ਼ਮੀ ਤੌਰ 'ਤੇ ਉਹ ਖੁਦ ਵੀ ਨਾਇਬ ਤਹਿਸੀਲਦਾਰ ਭਰਤੀ ਹੋ ਜਾਣੇ ਸੀ, ਲੇਕਿਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਪੱਲਾ ਹੀ ਨਹੀਂ ਫੜਾਇਆ। ਉਹਨਾਂ ਨੇ ਦੋਸ਼ ਇਹ ਵੀ ਲਗਾਏ ਕਿ ਇਸ ਨਾਲ ਹੁਣ ਪੂਰਾ ਜਿਹੜਾ ਰਿਜ਼ਲਟ ਕੱਢਿਆ ਗਿਆ, ਉਸ ਤੋਂ ਬਾਅਦ ਜਿਹੜੀ ਭਰਤੀ ਕੀਤੀ ਗਈ ਜਿਹਨਾਂ ਨੂੰ ਨਿਯੁਕਤੀ ਪੱਤਰ ਕੀਤੇ ਗਏ ਨੇ ਉਹ ਖੁਦ ਪ੍ਰਭਾਵਿਤ ਹੋਏ ਨੇ। ਇਹ ਜਿਹੜੀ ਮੈਰਿਟ ਹੈ ਇਹ ਮੁੜ ਤੋਂ ਬਣਨੀ ਚਾਹੀਦੀ ਸੀ ਕਿ ਜਿਹੜੇ ਇਤਰਾਜ਼ ਪ੍ਰਗਟ ਕੀਤੇ ਗਏ ਸੀ ਕੋਈ 7-8 ਸਵਾਲ ਸੀ ਜਿਹੜੇ ਗਲਤ ਪਾਏ ਗਏ ਸੀ, ਅਤੇ ਅਗਰ ਉਹਨਾਂ ਦੇ ਜਿਹੜੇ ਆਨਸਰ ਸਹੀ ਹੁੰਦੇ ਤਾਂ ਲਾਜ਼ਮੀ ਤੌਰ 'ਤੇ ਉਹ ਵੀ ਭਰਤੀ ਹੋ ਸਕਦੇ। ਇਸ ਮਸਲੇ 'ਚ ਜਦੋਂ ਹਾਈਕੋਰਟ ਦੇ ਵਿੱਚ ਕੇਸ ਜਾਂਦਾ ਅਤੇ ਹੁਣ ਹਾਈਕੋਰਟ ਨੇ ਇਸ 'ਤੇ ਕੇਸ ਨੂੰ ਲੈ ਕੇ ਜਵਾਬ ਵੀ ਮੰਗਿਆ ਔਰ ਨਾਲ ਦੀ ਨਾਲ ਐਕਸਪਰਟ ਕਮੇਟੀ ਦੀ ਰਿਪੋਰਟ ਵੀ ਮੰਗੀ ਆ। ਔਰ ਇਸ 'ਤੇ ਹੁਣ ਹਾਈਕੋਰਟ ਨੇ ਪ੍ਰਸ਼ਨ ਨੂੰ ਲੈ ਕੇ ਜਿਹੜੀ ਕਮੇਟੀ ਦੀ ਰਿਪੋਰਟ ਮੰਗੀ ਆ ਉਹ ਹੁਣ 30 ਮਈ ਨੂੰ ਹੁਣ ਪੰਜਾਬ ਸਰਕਾਰ ਵੱਲੋਂ ਇੱਕ ਹਲਫਨਾਮਾ ਵੀ ਦਿੱਤਾ ਜਾਣਾ ਪੈਣਾ ਹੈ। ਪੰਜਾਬ ਸਰਕਾਰ ਵੱਲੋਂ ਨਾਇਬ ਤਹਿਸੀਲਦਾਰ ਜਿਹੜੇ ਭਰਤੀ ਕੀਤੇ ਜਾਣੇ ਸੀ 17 ਦਸੰਬਰ 2020 ਨੂੰ ਪੰਜਾਬ ਸਰਕਾਰ ਵੱਲੋਂ ਇਸ਼ਤਿਹਾਰ ਕੱਢਿਆ ਗਿਆ ਸੀ। ਉਸ ਸਮੇਂ ਸੂਬੇ ਦੇ ਅੰਦਰ ਪੰਜਾਬ ਸਰਕਾਰ ਦੀ ਅਗਵਾਈ ਕਾਂਗਰਸ ਪਾਰਟੀ ਕਰ ਰਹੀ ਸੀ। ਪਹਿਲੀ ਜਿਹੜਾ ਟੈਸਟ ਹੁੰਦਾ ਉਹ 22 ਮਈ 2022 ਨੂੰ ਹੁੰਦਾ, ਜਦੋਂ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਂਦੀ ਆ। ਪਰ ਇਹ ਕੇਸ ਜਦੋਂ ਹੁੰਦਾ ਪੇਪਰ ਹੁੰਦਾ ਅਤੇ ਇਲਜ਼ਾਮ ਲੱਗਦੇ ਨੇ ਕਿ ਬਹੁਤ ਸਾਰੇ ਜਿਹੜੇ ਲੋਕ ਉਹ ਚੁਣੇ ਗਏ ਜਿਨ੍ਹਾਂ ਨੇ ਨਕਲ ਮਾਰੀ ਸੀ, ਅਤੇ ਫਿਰ ਹਾਈਕੋਰਟ ਦੇ ਵਿੱਚ ਜਾਂਦਾ, ਕਿਉਂਕਿ ਇਹਦੇ 'ਚ ਬਲੂਟੁੱਥ ਦੇ ਜ਼ਰੀਏ ਜਿਹੜੇ ਐਗਜ਼ਾਮੀਨੇਸ਼ਨ ਹਾਲ ਬਣਾਏ ਗਏ ਸੀ ਉੱਥੇ ਨਕਲ ਵੱਜਦੀ ਆ, ਅਤੇ ਉਸ ਤੋਂ ਬਾਅਦ ਇਹ ਪੇਪਰ ਰੱਦ ਕਰ ਦਿੱਤਾ ਜਾਂਦਾ। ਇਸ ਤੋਂ ਬਾਅਦ ਫਿਰ ਦੁਬਾਰਾ ਟੈਸਟ ਲਿਆ ਜਾਂਦਾ। 18 ਜੂਨ 2023 ਨੂੰ ਮੁੜ ਪਬਲਿਕ ਸਰਵਿਸ ਕਮਿਸ਼ਨ ਟੈਸਟ ਲੈਂਦੇ ਨੇ, ਅਤੇ ਫਿਰ ਜਿਹੜੇ ਇਤਰਾਜ਼
ਦੇਣ ਦੀ ਜਿਹੜੀ ਤਰੀਕ ਦਿੱਤੀ ਜਾਂਦੀ ਉਹ ਤਰੀਕ 19 June 2023 ਦਿੱਤੀ ਜਾਂਦੀ ਹੈ। ਅਤੇ ਕਈ ਜਿਹੜੇ ਉਮੀਦਵਾਰ ਆ ਉਹਨਾਂ ਨੇ ਫਿਰ ਆਪਣੇ ਇਤਰਾਜ਼ ਪ੍ਰਗਟ ਕੀਤੇ ਨੇ। ਬਹੁਤ ਸਾਰੇ ਜਿਹੜੇ ਸਵਾਲ ਆ ਉਹਨਾਂ ਦੇ ਸਵਾਲ ਪਾਉਣ ਦਾ ਤਰੀਕਾ ਵੀ ਗਲਤ, ਜਿਹੜੇ ਜਵਾਬ ਦਿੱਤੇ ਨੇ ਉਹ ਵੀ ਗਲਤ ਨੇ, ਕਿਉਂਕਿ ਜਿਹੜੀ ਆਂਸਰ ਕੁੰਜੀ ਜਿਹਨੂੰ ਕਿਹਾ ਜਾਂਦਾ ਜਦੋਂ ਉਹਨਾਂ ਦੇ ਨਾਲ ਮਿਲਾਨ ਕੀਤਾ ਗਿਆ ਫਿਰ ਉਮੀਦਵਾਰਾਂ ਨੂੰ ਪਤਾ ਲੱਗਦਾ ਕਿ 7-8 ਸਵਾਲ ਗਲਤ ਸੀ, ਸਵਾਲਾਂ ਦੀ ਜਿਹੜੀ ਫੋਰਮੇਸ਼ਨ ਉਹ ਵੀ ਗਲਤ ਸੀ ਅਤੇ ਜਵਾਬ ਵੀ ਗਲਤ ਪਾਏ ਗਏ ਸੀ। ਪਬਲਿਕ ਸਰਵਿਸ ਕਮਿਸ਼ਨ ਵੱਲੋਂ ਓਬਜੈਕਸ਼ਨਾਂ ਦੇ ਬਾਵਜੂਦ ਜਿਹੜੀ ਪ੍ਰੋਵੀਜ਼ਨਲ ਰਿਜ਼ਲਟ ਕੱਢਿਆ ਗਿਆ ਉਹ 8 August 2023 ਨੂੰ ਕੱਢਿਆ ਗਿਆ। ਰਿਵਾਈਜ਼ ਮੈਰਿਟ ਲਿਸਟ ਫਿਰ 8-8 ਨੂੰ ਹੀ ਜਾਰੀ ਕੀਤੀ ਗਈ ਹੈ। ਪਹਿਲਾ ਜਿਹੜਾ ਓਬਜੈਕਸ਼ਨ ਵਿਅਕਤ ਕੀਤਾ ਸੀ ਉਹ 5 September 2023 ਨੂੰ ਆਕਾਸ਼ ਵਰਮਾ, ਉਹ ਹਾਈਕੋਰਟ ਜਾਂਦੇ ਨੇ ਕੇਸ ਆਕਾਸ਼ ਵਰਮਾ ਵਰਸਿਜ਼ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਤਹਿਤ ਜਿਹੜੀ ਰਿਟ ਪਟੀਸ਼ਨ ਸੀ 19894/2023 ਇਸ ਕੇਸ ਦੇ ਤਹਿਤ ਫਿਰ ਕਾਰਵਾਈ ਸ਼ੁਰੂ ਹੋ ਜਾਂਦੀ। ਉਸ ਤੋਂ ਬਾਅਦ ਪਬਲਿਕ ਸਰਵਿਸ ਕਮਿਸ਼ਨ ਨੂੰ ਕਿਹਾ ਜਾਂਦਾ ਜਵਾਬ ਦੇਣ ਵਾਸਤੇ ਦਿੱਤਾ ਜਾਂਦਾ। ਉਸ ਤੋਂ ਬਾਅਦ ਇੱਕ ਹੋਰ ਉਮੀਦਵਾਰ ਕੇਸ ਹਾਈਕੋਰਟ ਦੇ ਦਰਵਾਜ਼ਾ ਖੜਕਾ ਦਿੰਦੇ ਨੇ, ਉਹ ਸਿਵਲ ਰਿਟ ਪਟੀਸ਼ਨ 23299 ਨਿਤਿਨ ਗਰਗ ਵਰਸਿਜ਼ ਪੰਜਾਬ ਸਰਕਾਰ ਚਲੇ ਜਾਂਦੇ ਹੈਗੇ। ਔਰ 15 October 2023 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਸਿਲੈਕਟ ਹੋ ਜਾਂਦੇ ਨੇ ਉਹਨਾਂ ਨੂੰ ਨਾਇਬ ਤਹਿਸੀਲਦਾਰਾਂ ਨੂੰ ਨਿਯੁਕਤੀ ਪੱਤਰ ਵੰਡ ਦਿੰਦੇ ਨੇ ਅਤੇ 28 February 2023 ਨੂੰ ਹਾਈਕੋਰਟ ਆਰਡਰ ਜਾਰੀ ਕਰ ਦਿੰਦੇ ਨੇ ਕਿ ਜਿਹੜੇ ਉਮੀਦਵਾਰਾਂ ਨੇ ਇਤਰਾਜ਼ ਪ੍ਰਗਟ ਕੀਤੇ ਨੇ ਉਹਨਾਂ ਨੂੰ ਲੈ ਕੇ ਜਿਹੜੇ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਰਿਪੋਰਟ ਦਾਖਲ ਕੀਤੀ ਜਾਵੇ ਕਿ ਕੀ ਐਕਸਪਰਟ ਕਮੇਟੀ ਬਣਾਈ ਹੈ। ਕਿਉਂਕਿ ਇਸ ਤੋਂ ਪਹਿਲਾਂ ਜਦੋਂ ਵੀ ਵਿਦਿਆਰਥੀ ਉਮੀਦਵਾਰਾਂ ਨੂੰ ਮੌਕਾ ਮਿਲਦਾ ਕਿ ਇਤਰਾਜ਼ ਪ੍ਰਗਟ ਕਰਨ ਦਾ ਅਤੇ ਪਬਲਿਕ ਸਰਵਿਸ ਕਮਿਸ਼ਨ ਖੁਦ ਹੀ ਉਸ ਮਸਲੇ ਵਿੱਚ ਇੱਕ ਐਕਸਪਰਟ ਕਮੇਟੀ ਬਣਾਉਂਦੇ, ਲੇਕਿਨ ਇਸ ਵਾਰ ਉਮੀਦਵਾਰਾਂ ਦਾ ਦੋਸ਼ ਹੈ ਕਿ ਪਬਲਿਕ ਸਰਵਿਸ ਕਮਿਸ਼ਨ ਨੇ ਉਹ ਕਮੇਟੀ ਹੀ ਨਹੀਂ ਬਣਾਈ। ਹੁਣ ਜਿਹੜੇ ਉਮੀਦਵਾਰਾਂ ਨੇ ਸਾਡੇ ਤੱਕ ਪਹੁੰਚ ਕੀਤੀ ਔਰ ਹਾਈਕੋਰਟ ਦੇ ਵਿੱਚ ਵੀ ਦਰਵਾਜ਼ਾ ਖੜਕਾਇਆ ਉਹਨਾਂ ਦੇ ਜਿਹੜੇ ਇਲਜ਼ਾਮ ਨੇ ਉਹ ਵੱਡੇ ਨੇ, ਉਹ ਕਹਿ ਰਹੇ ਨੇ ਕਿ ਪਬਲਿਕ ਸਰਵਿਸ ਕਮਿਸ਼ਨ ਵੱਲੋਂ 78 ਅਸਾਮੀਆਂ ਜਿਹੜੀਆਂ ਨਾਇਬ ਤਹਿਸੀਲਦਾਰ ਦੀਆਂ ਸੀ ਉਹ 17 December 2020 ਨੂੰ ਇਸ਼ਤਿਹਾਰ ਕੱਢਿਆ ਗਿਆ। ਇੱਕ ਪੇਪਰ MCQ ਬੇਸਡ ਸੀ, 4 ਆਪਸ਼ਨ ਸੀ। ਪਹਿਲਾ ਪੇਪਰ 22 May 2022 ਨੂੰ ਹੋਇਆ ਜਿਹਦੇ 'ਚ ਰੱਦ ਇਸ ਕਰਕੇ ਕੀਤਾ ਗਿਆ ਸੀ ਕਿਉਂਕਿ ਉਸ ਪੇਪਰ ਦੇ ਵਿੱਚ ਵੱਡੇ ਪੱਧਰ 'ਤੇ ਹੇਰਾਫੇਰੀ ਚੀਟਿੰਗ ਹੋਈ ਸੀ ਬਲੂਟੂਥ ਦੇ ਜ਼ਰੀਏ। 18 June 2023 ਨੂੰ ਮੁੜ ਤੋਂ ਟੈਸਟ ਹੁੰਦਾ, ਫਿਰ ਪਬਲਿਕ ਸਰਵਿਸ ਕਮਿਸ਼ਨ ਨੇ 4 ਦਿਨ ਦਿੱਤੇ ਓਬਜੈਕਸ਼ਨ ਰੇਜ਼ ਕਰਨ ਵਾਸਤੇ ਕਿ ਜਿਹੜੇ ਜਿਹੜੇ ਵਿਦਿਆਰਥੀਆਂ ਨੂੰ ਇਤਰਾਜ਼ ਨੇ ਉਹ ਆਪਣੇ ਓਬਜੈਕਸ਼ਨ ਦੱਸ ਸਕਦਾ 19 June ਤੋਂ ਲੈ ਕੇ 23 June ਤੱਕ। ਅਗਲਾ ਸਵਾਲ ਇਹ ਸੀ ਕਿ ਬਹੁਤ ਸਾਰੇ ਵਿਦਿਆਰਥੀਆਂ ਨੇ ਓਬਜੈਕਸ਼ਨ ਭੇਜੇ ਨੇ, ਖਾਸ ਕਰਕੇ ਜਿਹੜੇ ਪਜ਼ਲ ਕੁਐਸਚਨ ਸੀ ਉਹ ਕੁਐਸਚਨ ਨੰਬਰ 90 ਤੋਂ ਲੈ ਕੇ 93 ਤੱਕ ਜਿਹੜਾ ਪੇਪਰ ਸੈੱਟ ਏ ਸੀ। ਦੂਜਾ ਉਮੀਦਵਾਰਾਂ ਵੱਲੋਂ ਇਹ ਵੀ ਓਬਜੈਕਸ਼ਨ ਰੇਜ਼ ਕੀਤੇ ਜਾਂਦੇ ਨੇ ਕਿ 2 ਸਵਾਲ ਉਹਨਾਂ ਦੇ ਆਂਸਰ ਵੀ ਸੇਮ ਸੀ, ਜੋ ਸਵਾਲ ਸੀ ਉਹ ਜਵਾਬ ਸੀ। 8 August 2023 ਨੂੰ ਜਦੋਂ ਰਿਵਾਈਜ਼ ਮੈਰਿਟ ਲਿਸਟ ਆਈ ਉਸ ਵਿੱਚ ਉਮੀਦਵਾਰ ਇਹ ਕਹਿ ਰਹੇ ਨੇ ਕਿ ਪਬਲਿਕ ਸਰਵਿਸ ਕਮਿਸ਼ਨ ਨੇ ਉੱਤਰ ਸਹੀ ਨਹੀਂ ਕੀਤੇ ਜਦਕਿ ਓਬਜੈਕਸ਼ਨ ਰੇਜ਼ ਕੀਤੇ ਗਏ ਸੀ। ਉਸ ਤੋਂ ਬਾਅਦ ਜਿਹੜੇ ਉਮੀਦਵਾਰਾਂ ਲੱਗਾ ਕਿ ਸਾਡੀ ਵੀ ਸਿਲੈਕਸ਼ਨ ਹੋ ਜਾਣੀ ਸੀ ਜੇ ਸਹੀ ਜਵਾਬ ਹੁੰਦੇ, ਫਿਰ ਉਹ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਦਰਵਾਜ਼ਾ ਖੜਕਾਉਂਦੇ ਨੇ। ਸਭ ਤੋਂ ਪਹਿਲਾਂ ਸਿਵਲ ਰਿਟ ਪਟੀਸ਼ਨ 19894 ਆਕਾਸ਼ ਵਰਮਾ ਬਨਾਮ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਦਰਜ ਕੀਤੀ ਜਾਂਦੀ ਹੈ ਪਟੀਸ਼ਨ। ਕਮਿਸ਼ਨ ਨੇ ਹਾਈਕੋਰਟ ਵਿੱਚ ਰਿਪਲਾਈ ਕਰਨ ਦਾ ਸਮਾਂ ਮੰਗਿਆ।
25 ਸਤੰਬਰ 2023 ਨੂੰ ਜਦਕਿ ਕੇਸ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿਚਾਰਧੀਨ ਸੀ, ਇਸ ਦੇ ਬਾਵਜੂਦ ਪਬਲਿਕ ਸਰਵਿਸ ਕਮਿਸ਼ਨ ਨੇ 23 ਸਤੰਬਰ 2023 ਨੂੰ ਰਿਜ਼ਲਟ ਜਾਰੀ ਕਰ ਦਿੱਤਾ। ਉਸ ਤੋਂ ਬਾਅਦ ਪ੍ਰੋਵੀਜ਼ਨਲ ਜਿਹੜੇ ਸਿਲੈਕਟਡ ਕੈਂਡੀਡੇਟ ਸੀ ਉਹਨਾਂ ਵੱਲੋਂ 11 ਅਕਤੂਬਰ 2023 ਨੂੰ ਇੱਕ ਹੋਰ ਸਿਵਲ ਰਿਟ ਪਟੀਸ਼ਨ ਨੰਬਰ 23,299 ਹਾਈਕੋਰਟ ਵਿੱਚ ਦਰਜ ਕਰਵਾ ਦਿੱਤੀ ਜਾਂਦੀ ਆ। 15 ਅਕਤੂਬਰ 2023 ਨੂੰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 78 ਨਾਇਬ ਤਹਿਸੀਲਦਾਰਾਂ ਨੂੰ ਨਿਯੁਕਤੀ ਪੱਤਰ ਵੰਡ ਦਿੱਤੇ ਜਾਂਦੇ ਨੇ, ਜਦਕਿ ਕੇਸ ਹਾਈਕੋਰਟ ਦੇ ਵਿੱਚ ਵਿਚਾਰਧੀਨ ਸੀ। ਪਰ ਜਿਹੜੇ ਨਿਯੁਕਤੀ ਪੱਤਰ ਮਾਲ ਵਿਭਾਗ ਵੱਲੋਂ ਜਾਰੀ ਕੀਤੇ ਗਏ ਨੇ, ਉਸ ਨਿਯੁਕਤੀ ਪੱਤਰ ਦੇ ਵਿੱਚੋਂ ਹਾਈਕੋਰਟ ਦਾ ਹਵਾਲਾ ਦਿੰਦੇ ਹੋਏ ਜਾਰੀ ਕਰ ਦਿੰਦੇ ਨੇ ਕਿ ਇਹ ਜਿਹੜੇ ਨਿਯੁਕਤੀ ਪੱਤਰ ਵੰਡੇ ਗਏ ਨੇ, ਤੁਹਾਡੀ ਸਿਲੈਕਸ਼ਨ ਹੋਈ ਆ, ਇਹ ਹਾਈਕੋਰਟ ਦੇ ਹੁਕਮਾਂ 'ਤੇ ਨਿਰਭਰ ਕਰੇਗੀ ਕਿ ਮਤਲਬ ਕੱਲ੍ਹ ਨੂੰ ਪੇਪਰ ਰੱਦ ਹੋ ਸਕਦਾ, ਭਰਤੀ ਕੈਂਸਲ ਹੋ ਸਕਦੀ ਆ। ਪਰ ਜਿਨ੍ਹਾਂ ਨੂੰ 15 ਅਕਤੂਬਰ 2023 ਨੂੰ ਸੂਬਾ ਸਰਕਾਰ ਵੱਲੋਂ ਨਿਯੁਕਤੀ ਪੱਤਰ ਵੰਡੇ ਗਏ ਨੇ, ਉਹ ਫੀਲਡ ਦੇ ਵਿੱਚ ਵੀ ਆ, ਟ੍ਰੇਨਿੰਗ ਕਰ ਰਹੇ ਨੇ। ਉਸ ਤੋਂ ਬਾਅਦ ਪਬਲਿਕ ਸਰਵਿਸ ਕਮਿਸ਼ਨ ਨੇ 16 ਅਕਤੂਬਰ, ਫਿਰ 30 ਅਕਤੂਬਰ ਨੂੰ ਰਿਪਲਾਈ ਜਿਹੜਾ ਜਵਾਬ ਹਾਈਕੋਰਟ 'ਚ ਦੇਣਾ ਸੀ ਉਹ ਦਿੱਤਾ ਨਹੀਂ। 16 ਅਕਤੂਬਰ ਨੂੰ ਵੀ ਸਮਾਂ ਮੰਗਿਆ ਗਿਆ, 30 ਅਕਤੂਬਰ ਨੂੰ ਵੀ ਸਮਾਂ ਮੰਗਿਆ ਗਿਆ। ਫਿਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਨੋਡਲ ਅਫਸਰ ਨੂੰ ਪੇਸ਼ ਹੋਣ ਵਾਸਤੇ ਆਦੇਸ਼ ਜਾਰੀ ਕਰ ਦਿੱਤੇ। ਉਸ ਤੋਂ ਬਾਅਦ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ 20 ਨਵੰਬਰ 2023 ਨੂੰ ਰਿਪਲਾਈ ਕੀਤਾ ਅਤੇ ਨਾਲ ਦੀ ਨਾਲ ਰਿਟ ਪਟੀਸ਼ਨ ਜਿਹੜੀਆਂ ਦੋ ਪਈਆਂ ਨੇ ਉਹਨਾਂ ਨੂੰ ਡਿਸਮਿਸ ਕਰਨ ਵਾਸਤੇ ਅਰਜੋਈ ਕੀਤੀ। 28 ਫਰਵਰੀ 2024 ਚ ਹਾਈਕੋਰਟ ਨੇ ਐਕਸਪਰਟ ਕਮੇਟੀ ਦੇ ਰਿਪੋਰਟ ਮੰਗ ਲਈ ਅਤੇ ਇਹ ਵੀ ਕਿਹਾ ਕਿ ਰਿਪਲਾਈ ਕਰਦੇ ਹੁਕਮ ਵੀ ਜਾਰੀ ਕਰ ਦਿੱਤੇ। ਹੁਣ ਸਵਾਲ ਖੜ੍ਹੇ ਹੋ ਰਹੇ ਨੇ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਉਹਨਾਂ ਅਫਸਰਾਂ ਨੂੰ ਪਤਾ, ਉਮੀਦਵਾਰ ਕਹਿ ਰਹੇ ਨੇ ਕਿ ਕੁਐਸਚਨ ਪੇਪਰ ਦੇ ਵਿੱਚ ਟਾਈਪਿੰਗ ਐਰਰ ਹੋਣ ਕਰਕੇ ਕੁਐਸਚਨ ਜਿਹੜੇ ਸੀ, ਸਵਾਲ ਸੀ, ਉਹ ਅਧੂਰੇ ਸਨ, ਜਵਾਬ ਅਧੂਰੇ ਸਨ। ਇਸੇ ਕਰਕੇ ਵਾਰ ਵਾਰ ਪਬਲਿਕ ਸਰਵਿਸ ਕਮਿਸ਼ਨ ਹਾਈਕੋਰਟ 'ਚ ਰਿਪਲਾਈ ਫਾਈਲ ਹੀ ਨਹੀਂ ਕਰ ਰਿਹਾ। ਹੁਣ ਕਮਿਸ਼ਨ 'ਤੇ ਸਵਾਲ ਖੜ੍ਹੇ ਕਰ ਰਹੇ ਨੇ ਕਿ ਜੋ ਸੰਵਿਧਾਨ ਦੁਆਰਾ ਆਰਟੀਕਲ 312 ਦੁਆਰਾ ਸਥਾਪਿਤ ਆ ਕਿ ਮੈਰਿਟ ਦਾ ਵਾਚਡੌਗ, ਉਹ ਹੁਣ ਲਕਾਈਆਂ ਜਾ ਰਹੀਆਂ ਨੇ ਆਪਣੀਆਂ ਨਾਕਾਮੀਆਂ। ਹੁਣ ਸਭ ਤੋਂ ਵੱਡੇ ਸਵਾਲ ਹੈ ਕਿ ਜਦ ਹਾਈਕੋਰਟ ਦੇ ਵਿੱਚ ਕੇਸ ਗਿਆ, ਦੋ ਪਟੀਸ਼ਨਾਂ ਦਾਖਲ ਹੋ ਜਾਂਦੀਆਂ ਨੇ ਅਤੇ ਪਬਲਿਕ ਸਰਵਿਸ ਕਮਿਸ਼ਨ ਰਿਜ਼ਲਟ ਘੋਸ਼ਿਤ ਕਰ ਦਿੰਦਾ ਨੇ। ਸਰਕਾਰ ਨੂੰ ਵੀ ਪਤਾ ਕਿ ਹਾਈਕੋਰਟ ਦੇ ਵਿੱਚ ਕੇਸ ਚਲਾ ਗਿਆ ਅਤੇ ਸਰਕਾਰ ਨਿਯੁਕਤੀ ਪੱਤਰ ਵੰਡ ਦਿੰਦੀ ਆ। ਹੁਣ ਜਿਹੜੇ ਪੀੜਤ ਨੇ, ਜਿਨ੍ਹਾਂ ਨੂੰ ਲੱਗਦਾ ਸੀ ਕਿ ਅਸੀਂ ਵੀ ਨਾਇਬ ਤਹਿਸੀਲਦਾਰ ਬਣ ਸਕਦੇ, ਸਾਡੇ ਸਵਾਲ ਸਹੀ, ਸਾਡੇ ਜਵਾਬ ਸਹੀ, ਜੇ ਪ੍ਰੋਪਰ ਪਬਲਿਕ ਸਰਵਿਸ ਕਮਿਸ਼ਨ ਨੇ ਉਹਨਾਂ ਦੇ ਇਤਰਾਜ਼ ਜਾਇਜ਼ ਟਰਾਏ ਹੁੰਦੇ, ਪਰ ਉਹਨਾਂ ਨਹੀਂ ਟਰਾਏ। ਹੁਣ ਉਹਨਾਂ ਦਾ ਇਹੀ ਹੈ ਕਿ ਸਰਕਾਰ ਇਸ ਮਸਲੇ 'ਤੇ ਜਵਾਬ ਦੇਣ ਤੋਂ ਕਿਉਂ ਭੱਜ ਰਹੀ ਆ, ਪਬਲਿਕ ਸਰਵਿਸ ਕਮਿਸ਼ਨ ਜਵਾਬ ਦੇਣ ਤੋਂ ਕਿਉਂ ਭੱਜ ਰਿਹਾ ਇਸ ਮਸਲੇ 'ਚ। ਹੁਣ 30 ਮਈ ਨੂੰ ਹਾਈਕੋਰਟ ਦੇ ਵਿੱਚ ਮੁੜ ਤੋਂ ਪੰਜਾਬ ਸਰਕਾਰ ਅਤੇ ਪਬਲਿਕ ਸਰਵਿਸ ਕਮਿਸ਼ਨ ਦੀ ਪੇਸ਼ੀ ਆ। ਹਾਲਾਂਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਵੀ ਨਿਯੁਕਤੀ ਪੱਤਰ ਵੰਡਦੇ, ਕਿਉਂਕਿ ਸਰਕਾਰ ਦਾਅਵਾ ਕਰ ਚੁੱਕੀ ਹੈ ਕਿ 40,000 ਤੋਂ ਵੱਧ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਨੇ, ਔਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹਰ ਵਾਰੀ ਕਹਿੰਦੇ ਕਿ ਅਸੀਂ ਇਸ ਤਰੀਕੇ ਦੇ ਨਾਲ ਭਰਤੀ ਕਰ ਰਹੇ ਹਾਂ, ਨਿਯੁਕਤੀ ਪੱਤਰ ਵੰਡ ਰਹੇ ਨੇ ਕਿ ਹਾਈਕੋਰਟ ਦੇ ਵਿੱਚ ਕੇਸ ਨਾ ਜਾਵੇ। ਪਰ ਨਾਇਬ ਤਹਿਸੀਲਦਾਰ ਦਾ ਜਿਹੜਾ 78 ਅਸਾਮੀਆਂ ਭਰਤੀ ਕੀਤੀਆਂ ਗਈਆਂ, ਪਹਿਲਾਂ ਪੇਪਰ ਹੁੰਦਾ ਉਹਦੇ 'ਚ ਹੇਰਾਫੇਰੀ ਹੁੰਦੀ ਆ, ਪੇਪਰ ਕੁਐਸ਼ ਹੁੰਦਾ, ਭਰਤੀ ਰੱਦ ਹੁੰਦੀ ਹੈ, ਟੈਸਟ ਰੱਦ ਹੁੰਦਾ, ਮੁੜ ਤੋਂ ਭਰਤੀ ਹੁੰਦੀ ਆ, ਉਹ ਫਿਰ ਕੇਸ ਹਾਈਕੋਰਟ ਦੇ ਵਿੱਚ ਚਲਾ ਜਾਂਦਾ। ਪਰ ਕੀ ਜਿਹੜੇ ਪੀੜਤ ਨੇ ਉਹਨਾਂ ਨੂੰ ਇਨਸਾਫ ਮਿਲੇਗਾ?
ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡੇ ਤੋਂ ਲੈਂਦੇ ਆਗਿਆ, ਦੇਖਦੇ ਰਹੋ ABC ਪੰਜਾਬ। ਧੰਨਵਾਦ।